जुगो जुग अटल धन धन साहेब श्री गुरु ग्रंथ साहिब जी महाराज जी दी पावन पवित्र मिठी ते निघी गोद विच बैठी हुई गुरु रूप गुरु सवारी साध संगत जीओ आपां सारे बहुत वड्डे कर्मां भागां वाले हां जो अज दा दिन जिथे धन धन साहेब श्री गुरु नानक देव जी महाराज जी दे प्रकाश पुरब नूं समर्पित धन धन श्री दशमेश पिता श्री गुरु गोबिंद सिंह जी महाराज दे 350 साल प्रकाश दिहाड़े नूं समर्पित धन धन बाबा नानक सिंह जी दे प्रकाश दिहाड़े नूं समर्पित अज दा प्रोग्राम जो तुहाडे समूह संगतां दे सहयोग दे नाल प्रेरणा महापुरखां दी साडे अति सत्कारयोग महापुरख श्रीमान संत बाबा गुरबख्श सिंह जी उहनां दी प्रेरणा दा सत्कार दा जो समागम हो रिहा है धन धन बाबा नानक सिंह जी वर्गियां महान शख्सियतां ਇਹ ਜੁੱਗਾਂ ਤੋਂ ਬਾਅਦ ਆਉਂਦੀਆਂ ਨੇ ਜੁੱਗਾਂ ਤੋਂ ਬਾਅਦ ਇਹਨਾਂ ਨੂੰ ਆਪਾਂ ਅਵਤਾਰੀ ਮਹਾਂਪੁਰਖ ਕਹਿੰਦੇ ਆ ਜਿਹੜਾ ਲਫ਼ਜ਼ ਆਪਾਂ ਅਵਤਾਰ ਦਾ ਬੋਲਦੇ ਆ ਨਾ ਅਵਤਾਰ ਅਵਤਾਰ ਲਫ਼ਜ਼ ਦੀ ਜੇ ਪਰਿਭਾਸ਼ਾ ਕਰੀਏ ਇਹਦਾ ਇੰਨਾ ਹੀ ਮਤਲਬ ਨਿਕਲਦਾ ਹੈ ਕਿ ਉੱਚੀ ਜਗ੍ਹਾ ਤੋਂ ਨੀਵੀਂ ਜਗ੍ਹਾ ਤੇ ਆਉਣਾ ਅਵਤਾਰ ਕਿਉਂ ਪਰਮੇਸ਼ਰ ਉੱਚੀ ਜਗ੍ਹਾ ਤੇ ਹੈ ਮਾਤ ਲੋਕ ਬਹੁਤ ਨੀਵੀਂ ਜਗ੍ਹਾ ਤੇ ਹੈ ਜਿੱਥੇ ਪਰਮੇਸ਼ਰ ਰਹਿੰਦਾ ਸੱਚਖੰਡ ਹੈ ਉਹ ਉੱਚੀ ਜਗ੍ਹਾ ਤੇ ਹੈ ਸਭ ਤੋਂ ਉੱਚੀ ਜਗ੍ਹਾ ਤੇ ਪਰਮੇਸ਼ਰ ਆਪਣਾ ਰੂਪ ਜਿਹੜਾ ਹੈ ਉਹ ਧਾਰਨ ਕਰਕੇ ਮਹਾਂਪੁਰਖਾਂ ਦੇ ਵਿੱਚ ਫਿਰ ਸੱਚਖੰਡ ਦੇ ਵਿੱਚੋਂ ਮਾਤ ਲੋਕ ਦੇ ਵਿੱਚ ਆਉਂਦਾ ਉਹਨੂੰ ਕਹਿੰਦੇ ਨੇ ਅਵਤਾਰ ਜਿਵੇਂ ਇਸਲਾਮ ਧਰਮ ਦੇ ਵਿੱਚ ਕਹਿ ਦਿੰਦੇ ਨੇ ਪੈਗੰਬਰ ਪੈ ਨਾਮ ਹੈ ਪੈਗਾਮ ਦਾ ਸੁਨੇਹੇ ਦਾ ਅੰਬਰ ਨਾਮ ਹੈ ਆਕਾਸ਼ ਦਾ ਇਸਲਾਮ ਧਰਮ ਦੇ ਵਿੱਚ ਮੰਨਿਆ ਕਿ ਸੱਤ ਹੀ ਪਤਾਲ ਨੇ ਸੱਤ ਹੀ ਆਕਾਸ਼ ਨੇ ਤੇ ਆਪਣੇ ਗੁਰੂ ਬਾਬਾ ਨਾਨਕ ਜੀ ਦੇ ਘਰ ਦੇ ਵਿੱਚ ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼ ਲੱਖੀ ਪਤਾਲ ਨੇ ਲੱਖੀ ਆਕਾਸ਼ ਨੇ ਪਰ ਚਲੋ ਉਹਨਾਂ ਦੀ ਮਤ ਦੇ ਮੁਤਾਬਕ ਉਹ ਕਹਿੰਦੇ ਨੇ ਸੱਤ ਪਤਾਲ ਨੇ ਸੱਤ ਆਕਾਸ਼ ਨੇ ਉਹ ਕਹਿੰਦੇ ਨੇ ਸੱਤਵੇਂ ਆਕਾਸ਼ ਦੇ ਉੱਤੇ ਪਰਮੇਸ਼ਰ ਅੱਲਾ ਤਾਲਾ ਖੁਦਾ ਕੁਰਸੀ ਡਾਹ ਕੇ ਬੈਠਾ ਜਦੋਂ ਮਾਤ ਲੋਕ ਦੇ ਵਿੱਚ ਦੁਨੀਆਂ ਦੇ ਵਿੱਚ ਵਿਵਚਾਰ ਵੱਧ ਜਾਂਦੇ ਨੇ ਫਿਰ ਅੱਲਾ ਤਾਲਾ ਖੁਦਾ ਜਿਹੜਾ ਉਹ ਸੁਨੇਹਾ ਦੇਣ ਵਾਸਤੇ ਆਪ ਹੀ ਰੂਪ ਧਾਰਨ ਕਰਕੇ ਫਿਰ ਮਾਤ ਲੋਕ ਦੇ ਵਿੱਚ ਆਉਂਦਾ ਪੈਗਾਮ ਸੁਨੇਹਾ ਦੇਣ ਵਾਸਤੇ ਉਹ ਕਹਿੰਦੇ ਨੇ ਪੈਗੰਬਰ ਆਪਾਂ ਕਹਿੰਦੇ ਨੇ ਅਵਤਾਰ ਪਹਿਲੇ ਸਮਿਆਂ ਦੇ ਵਿੱਚ 6 ਕਿਸਮ ਦੇ ਅਵਤਾਰ ਦੁਨੀਆਂ ਦੇ ਭਲੇ ਵਾਸਤੇ ਆਏ ਉਹ 6 ਕਿਸਮ ਦੇ ਅਵਤਾਰ ਕਿਹੜੇ ਨੇ ਇੱਕ ਮੰਨਿਆ ਨਿਤ ਅਵਤਾਰ ਨਿਤ ਅਵਤਾਰ ਨੇ ਮਹਾਂਪੁਰਖ ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਹੋਰ ਵੀ ਅਨੇਕਾਂ ਮਹਾਂਪੁਰਖ ਕਮਾਈ ਵਾਲੇ ਆਏ ਇਹਨਾਂ ਨੂੰ ਮੰਨਿਆ ਨਿਤ ਅਵਤਾਰ ਬਾਣੀ ਉਚਰੇ ਸਾਧ ਜਨ ਅੰਮਿਓਂ ਚੱਲੇ ਝਰਨੇ ਮਹਾਂਪੁਰਖ ਜਦੋਂ ਵੀ ਕੋਈ ਬਚਨ ਕਰਦੇ ਨੇ ਉਹ ਨਿਤ ਨਵਾਂ ਹੀ ਕਰਦੇ ਨੇ ਉਹਨਾਂ ਨੂੰ ਮੰਨਿਆ ਨਿਤ ਅਵਤਾਰ ਦੂਸਰਾ ਨਮਿਤ ਅਵਤਾਰ ਇਹ ਵੀ 6 ਕਿਸਮ ਦੇ ਅਵਤਾਰ ਆਏ ਕੱਛ ਮੱਛ ਬਰਾ ਨਰਸਿੰਘ ਇਸ ਤਰੀਕੇ ਨਾਲ ਇਹ ਨੇ ਨਮਿਤ ਅਵਤਾਰ ਵੀ ਕਿਸੇ ਚੀਜ਼ ਦੇ ਨਮਿਤ ਆਉਣਾ ਕਿਸੇ ਕਾਰਜ ਦੇ ਨਮਿਤ
ਜਿਵੇਂ ਅੱਜ ਆਪਾਂ ਆਏ ਆ ਨਾ ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਉਹਨਾਂ ਦੇ ਨਿਮਿੱਤ ਆਏ ਆ, ਜਿਵੇਂ ਨਰਸਿੰਘ ਅਵਤਾਰ ਆਏ ਭਗਤ ਪ੍ਰਹਿਲਾਦ ਦੀ ਰਾਖੀ ਵਾਸਤੇ, ਉਹਨਾਂ ਨੇ ਦੂਜਾ ਕੋਈ ਕੰਮ ਨਹੀਂ ਕੀਤਾ, ਸਿਰਫ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਗੁਰਮੁਖ ਪਿਆਰਿਓ ਉਹ ਅਲੋਪ ਹੋ ਗਏ। ਨਿਤ ਅਵਤਾਰ, ਨਮਿਤ ਅਵਤਾਰ, ਅੰਸ਼ਾ ਅਵਤਾਰ, ਅੰਸ਼ਾ ਅਵਤਾਰ ਨੇ ਆ ਦੇਖੋ ਕਿਹੜੇ ਕਿਹੜੇ ਹਵਾਈ ਜਹਾਜ਼ ਕਿੰਨੇ ਕਿੰਨੇ ਬੰਦਿਆਂ ਨੂੰ ਲੈ ਕੇ ਆਕਾਸ਼ 'ਚ ਉੱਡ ਜਾਂਦੇ ਨੇ, ਉਹ ਜਿਹਨਾਂ ਨੇ ਬਣਾਏ ਨੇ ਉਹਨਾਂ ਦੇ ਖੂਨ ਦੇ ਵਿੱਚ ਕੋਈ ਪਰਮੇਸ਼ਰ ਦਾ ਸਰਕਲ ਚੱਲ ਰਿਹਾ ਸੀ, ਤਾਂ ਹੀ ਉਹਨਾਂ ਨੇ ਐਡੇ ਐਡੇ ਜਹਾਜ਼ ਬਣਾਏ, ਦੇਖੋ ਆਕਾਸ਼ 'ਚ ਉੱਡਦੇ ਪਏ ਨੇ, ਬੱਸਾਂ ਬਣਾ ਦਿੱਤੀਆਂ, ਟ੍ਰੇਨਾਂ ਬਣਾ ਦਿੱਤੀਆਂ, ਇਹਨਾਂ ਨੂੰ ਮੰਨਿਆ ਅੰਸ਼ਾ ਅਵਤਾਰ, ਵੀ ਇਹਨਾਂ ਦੀ ਅੰਸ਼ ਖੂਨ ਦੇ ਵਿੱਚ ਪਰਮੇਸ਼ਰ ਦੀ ਜੋਤ ਸੀ, ਉਹਨਾਂ ਨੇ ਐਡੀਆਂ ਚੀਜ਼ਾਂ ਤਿਆਰ ਕਰਕੇ ਆਪਾਂ ਨੂੰ ਦਿੱਤੀਆਂ। ਚੌਥਾ ਅਵਤਾਰ ਹੈ ਅਵੰਸ਼ਾ ਅਵਤਾਰ, ਅਵੰਸ਼ਾ ਅਵਤਾਰ ਉਹਨਾਂ ਨੂੰ ਮੰਨਿਆ, ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਘਰ ਬਾਬਾ ਸ੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਮਹਾਰਾਜ, ਕਹਿਣ ਤੋਂ ਭਾਵ ਗੁਰੂ ਸਾਹਿਬਾਨਾਂ ਦੇ ਘਰ ਦੇ ਵਿੱਚ ਜਿਹੜੇ ਸਾਹਿਬਜ਼ਾਦੇ ਆਏ ਉਹਨਾਂ ਨੂੰ ਅਵੰਸ਼ਾ ਅਵਤਾਰ ਮੰਨਿਆ, ਉਹਨਾਂ ਦੀ ਵੰਸ਼ ਵਿੱਚ ਪੈਦਾ ਹੋਣਾ ਜਾਂ ਕਮਾਈ ਵਾਲੇ ਮਹਾਂਪੁਰਖਾਂ ਦੀ ਵੰਸ਼ ਵਿੱਚ ਪੈਦਾ ਹੋਣਾ, ਉਹ ਹੈ ਅਵੰਸ਼ਾ ਅਵਤਾਰ। ਕਬੀਰ ਸੇਈ ਕੁਲ ਭਲੀ ਜੈ ਕੁਲ ਹਰ ਕੋ ਦਾਸ, ਉਹਨੇ ਅਵੰਸ਼ਾ ਅਵਤਾਰ। ਪੰਜਵੇਂ ਅਵਤਾਰ ਜਿਹੜੇ ਨੇ ਪੂਰਨ ਅਵਤਾਰ, ਜਿਵੇਂ ਤ੍ਰੇਤੇ ਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਆਏ, ਦੁਆਪਰ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ, ਇਹ ਜਿੰਨੇ ਵੀ ਅਵਤਾਰ ਆਏ ਇਹਨਾਂ ਨੂੰ ਮੰਨਿਆ ਪੂਰਨ ਅਵਤਾਰ। ਹੁਣ ਛੇਵਾਂ ਅਵਤਾਰ ਹੈ ਪੂਰਨ ਤਵ, ਉਹ ਬਾਣੀ ਚ ਦੱਸਿਆ ਮਹਾਰਾਜ ਫਰਮਾਉਂਦੇ ਨੇ ਉਹ ਅਵਤਾਰ ਜਿਹੜਾ ਉਹ ਕੌਣ ਆਇਆ, ਉਹ ਆਇਆ ਇਹਨੇ ਦਸ ਗੁਰੂ ਸਾਹਿਬਾਨ ਪੂਰਨ ਤਵ। ਗੁਰਮੁਖ ਪਿਆਰਿਓ ਉਹਨਾਂ ਦੇ ਵਿੱਚੋਂ ਹੀ ਅਵਤਾਰਾਂ ਚੋਂ ਇਹ ਮਹਾਂਪੁਰਖ ਆਏ। ਜਦੋਂ ਜਿੱਤੇ ਰੰਧਾਵੇ ਨੂੰ ਦੱਸਿਆ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਸੀਂ ਸੱਚਖੰਡ ਨੂੰ ਚਲੇ ਜਾਣਾ, ਉਹਨੇ ਬੇਨਤੀ ਕੀਤੀ ਮਹਾਰਾਜ ਫੇਰ ਕਦੋਂ ਆਓਗੇ, ਗੁਰੂ ਨਾਨਕ ਸੱਚੇ ਪਾਤਸ਼ਾਹ ਲੱਗੇ ਕਹਿਣ ਦਸ ਜਾਮੇ ਸਰਗੁਣ ਸਰੂਪ, ਗਿਆਰਵਾਂ ਜਾਮਾ ਨਿਰਗੁਣ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਫਿਰ ਅਸੀਂ 74 ਜਾਮੇ ਪੂਰਨ ਮਹਾਂਪੁਰਖਾਂ ਦਾ ਅਵਤਾਰ ਲੈ ਕੇ ਫਿਰ ਇਸ ਧਰਤੀ ਤੇ ਆਵਾਂਗੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬਾਣੀ ਹੈ ਨਾ ਉਹਦੀ ਆਪਾਂ ਨੂੰ ਕੋਈ ਸਮਝ ਨਹੀਂ, ਜਿਵੇਂ ਇੱਕ ਬੱਚਾ ਹੈ ਉਹ ਸਕੂਲ ਚ ਨਹੀਂ ਜਾਂਦਾ, ਉਹਨੂੰ ਕੀ ਪਤਾ ਮੈਟ੍ਰਿਕ ਕੀ ਹੁੰਦੀ ਹੈ, ਪਲੱਸ ਵਨ ਪਲੱਸ ਟੂ ਦੀ ਪੜ੍ਹਾਈ ਕੀ ਹੈ, ਅੱਗੇ ਬੀ ਏ ਐਮ ਏ, ਕਹਿਣ ਤੋਂ ਭਾਵ ਉਹ ਪੜ੍ਹਾਈ ਨੂੰ ਸਿੱਖਣ ਵਾਸਤੇ ਉਸ ਸਕੂਲ ਦੇ ਵਿੱਚ ਜਾਣਾ ਪੈਂਦਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦਾ ਘਰ ਵੀ ਇੱਕ ਸਕੂਲ ਹੈ, ਉੱਥੋਂ ਦੇ ਮਾਸਟਰ ਹੈਡ ਮਾਸਟਰ ਕੌਣ ਨੇ, ਉਹਨੇ ਮਹਾਂਪੁਰਖ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਦੇ ਵਾਸਤੇ ਸਾਨੂੰ ਕੋਈ ਪਤਾ ਨਹੀਂ, ਪਰ ਸਾਨੂੰ ਦੱਸਿਆ ਕਿਹਨਾਂ ਨੇ, ਧੰਨ ਧੰਨ ਬਾਬਾ ਨੰਦ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਇਹ ਸੇਵਾ ਸਾਨੂੰ ਸਿਖਲਾਈ ਹੈ। ਅਸੀਂ ਵੀ ਛੋਟੇ ਹੁੰਦੇ ਵੇਖਦੇ ਰਹੇ ਹਾਂ, ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ, ਪਿੰਡਾਂ ਦੇ ਵਿੱਚ ਆਪਣੇ ਗ੍ਰੰਥੀ ਸਾਹਿਬ ਕੀ ਕਰਦੇ ਹੁੰਦੇ ਸੀ, ਕਿਉਂ ਉਹਨਾਂ ਨੂੰ ਸੇਵਾ ਦਾ ਨਹੀਂ ਸੀ ਪਤਾ। ਜਦੋਂ ਸ਼ਾਮ ਨੂੰ ਗੁਰੂ ਮਹਾਰਾਜ ਦਾ ਸੁੱਖ ਆਸਣ ਕਰਨਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਥੜਾ ਬਣਿਆ ਸੀ ਨਾ ਪ੍ਰਕਾਸ਼ ਵਾਸਤੇ, ਉਦੋਂ ਪਿੱਛੇ ਇੱਕ ਲੰਬਾਰੀ ਹੁੰਦੀ ਸੀ, ਸ਼ਾਮ ਨੂੰ ਗੁਰੂ ਮਹਾਰਾਜ ਦਾ ਆਸਣ ਜਿਹੜਾ ਸੀ ਉਹ ਲੰਬਾਰੀ ਚ ਕਰਦੇ ਹੁੰਦੇ ਸੀ, ਫਿਰ ਜਿੰਦਾ ਲਾ ਦੇਣਾ। ਪਰ ਅੱਜ ਜਿਹੜਾ ਇੱਕ ਦੁਨੀਆ ਦੇ ਵਿੱਚ ਪ੍ਰਚਾਰ ਹੋਇਆ ਹੈ ਉਹ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੰਪਰਦਾ ਨੇ ਕੀਤਾ ਹੈ। ਅੱਜ ਜੇ ਦੁਨੀਆ ਦੇ ਵਿੱਚ ਸਿਹਤ ਮਿਲੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ,
ਉਹ ਸਿਹਤ ਕਿੱਥੋਂ ਮਿਲੀ ਹੈ? ਉਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਡਿਊਟੀ ਲੱਗੀ ਸੀ ਦਰਗਾਹ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲਦੀ। ਅੱਜ ਇਹ ਮਰਿਆਦਾ ਦੁਨੀਆਂ ਦੇ ਵਿੱਚ ਚੱਲ ਰਹੀ ਹੈ। ਇਹ ਕਿਰਪਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ। ਐਸੇ ਮਹਾਂਪੁਰਖ ਅਵਤਾਰੀ ਜਿਹੜੇ ਆਏ ਅੱਜ ਗੁਰਮੁਖ ਪਿਆਰਿਓ, ਉਹਨਾਂ ਦੀ ਆਪਾਂ ਯਾਦ ਦੇ ਵਿੱਚ ਜੁੜ ਕੇ ਬੈਠੇ ਹਾਂ ਤੇ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਕਿ ਉਹ ਰਸਤਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਸਾਨੂੰ ਸੱਚਖੰਡ ਜਾਣ ਵੇਲੇ ਬਚਨ ਕੀਤੇ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਇਹ ਬਾਬਾ ਆਨੰਦ ਸਿੰਘ ਜੀ ਨੇ ਸਾਰੀ ਦੁਨੀਆਂ ਦੇ ਵਿੱਚ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਘਰ ਦੇ ਡਾਂਕੇ ਵਜਾਏ ਤੇ ਦੱਸਿਆ। ਅੱਜ ਉਹਨਾਂ ਦਾ ਆਗਮਨ ਦਿਹਾੜਾ ਆਪਾਂ ਸਾਰੇ ਇਕੱਤਰ ਹੋ ਕੇ ਮਨਾ ਰਹੇ ਹਾਂ। ਗੁਰਮੁਖ ਪਿਆਰਿਓ, ਜੋ ਅੱਜ ਦਾ ਤੁਸੀਂ ਸਾਰਾ ਹੀ ਇੱਥੋਂ ਦੀ ਇੰਨੀ ਸੁੰਦਰਤਾ ਦੇਖ ਰਹੇ ਹੋ ਨਾ, ਇਹ ਜਿਹਦੇ ਕੋਲੋਂ ਸੇਵਾ ਸਤਿਗੁਰੂ ਜੀ ਲੈਂਦੇ ਨੇ ਉਹੀ ਕਰ ਸਕਦਾ। ਮਾਇਆ ਵੱਡੇ ਵੱਡੇ ਲੋਕਾਂ ਦੇ ਕੋਲ ਬੜੀ ਪਈ ਹੈ। ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਮਾਇਆ ਦੋ ਪ੍ਰਕਾਰ ਦੀ, ਦੋਏ ਚਲਾਵੇ ਰਾਹ, ਇੱਕ ਲਿਜਾਵੇ ਸੱਚਖੰਡ ਨੂੰ, ਇੱਕ ਨਰਕਾਂ ਨੂੰ ਲੈ ਜਾ। ਸੱਚਖੰਡ ਨੂੰ ਮਾਇਆ ਕਿਹੜੀ ਖੜਦੀ ਹੈ? ਜਿਹੜੀ ਤੁਹਾਡੇ ਹੱਥੋਂ ਕਿਤੇ ਕੋਈ ਦਾਨ ਪੁੰਨ ਹੋ ਗਿਆ, ਤੁਸੀਂ ਜਾ ਰਹੇ ਹੋ ਕਿਤੇ ਸਕੂਟਰ ਮੋਟਰਸਾਈਕਲ ਤੇ, ਰਸਤੇ ਦੇ ਵਿੱਚ ਕਿਤੇ ਲੰਗਰ ਚੱਲ ਰਿਹਾ ਹੈ, ਜਾਂਦਿਆਂ ਜਾਂਦਿਆਂ ਨੇ ਤੁਸੀਂ ਜਲ ਪਾਣੀ ਛਕਿਆ ਲੰਗਰ ਦੇ ਵਿੱਚੋਂ, ਆਪਣੀ ਜੇਬ ਦੇ ਵਿੱਚੋਂ 500 ਰੁਪਈਆ ਕੱਢਿਆ, ਉਹ ਲੰਗਰ ਦੇ ਵਿੱਚ ਦਾਨ ਦੇ ਦਿੱਤਾ। ਤੁਹਾਡੀ ਜੇਬ ਦੇ ਵਿੱਚ 5000 ਹੈ, 500 ਦੇ ਦਿੱਤਾ ਉਹ ਲੰਗਰ ਦੇ ਵਿੱਚ, ਉਹ ਜਿਹੜਾ 4500 ਰੁਪਈਆ ਤੁਹਾਡੀ ਜੇਬ ਦੇ ਵਿੱਚ ਹੈ ਨਾ, ਉਹ ਤੁਹਾਡਾ ਆਪਣਾ ਨਹੀਂ। ਉਹ ਜਿਹੜਾ 500 ਦਿੱਤਾ ਉਹ ਤੁਹਾਡਾ ਆਪਣਾ। ਇਹਦਾ ਕਾਰਨ, ਉਹ ਜਿਹੜਾ 4500 ਹੈ, ਪਤਾ ਨੀ ਕਿਤੇ ਗੁੰਮ ਹੋ ਜਾਣਾ, ਕਿਸੇ ਚੋਰ ਨੇ ਚੋਰੀ ਕਰਕੇ ਲੈ ਜਾਣਾ, ਉਹ ਤੁਹਾਡਾ ਨਹੀਂ ਰਿਹਾ। ਪਰ ਜਿਹੜਾ 500 ਰੁਪਈਆ ਤੁਸੀਂ ਲੰਗਰ ਵਿੱਚ ਦਾਨ ਕਰ ਦਿੱਤਾ, ਉਹ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਹੋ ਗਿਆ, ਪੁੰਨਾਂ ਵਾਲੇ ਖਾਤੇ ਦੇ ਵਿੱਚ। ਉਹ ਜਿਹੜਾ ਜਮ੍ਹਾਂ ਹੋ ਗਿਆ ਹੈ ਨਾ, ਉਹ ਤੁਹਾਨੂੰ ਮਿਲਣਾ ਕਿਵੇਂ ਹੈ? ਆ ਸਕੀਮਾਂ ਆਉਂਦੀਆਂ ਨੇ ਨਾ ਬੈਂਕਾਂ ਦੀਆਂ, ਇੰਨੀ FD ਕਰਾਓ, ਇਸ ਤਰੀਕੇ ਦੇ ਨਾਲ ਇੰਨਾ ਵਿਆਜ ਮਿਲੂਗਾ। ਇਹ ਦੇਖੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ। ਉਹ ਜਿਹੜਾ 500 ਰੁਪਈਆ ਤੁਸੀਂ ਲੰਗਰ ਵਿੱਚ ਦਾਨ ਦੇ ਦਿੱਤਾ ਹੈ, ਉਹ 10 ਗੁਣੇ ਇੱਥੇ ਦੇਖਿਓ, 10 ਗੁਣੇ ਤੁਹਾਡੇ ਹੁੰਦਿਆਂ ਹੀ ਤੁਹਾਨੂੰ ਮਿਲ ਜਾਣਾ ਹੈ। ਉਹਦਾ ਅੱਗੇ 100 ਗੁਣਾ ਦਰਗਾਹ ਵਿੱਚ ਮਿਲਣਾ ਹੈ, ਤੇ 1000 ਗੁਣਾ ਜਦੋਂ ਤੁਸੀਂ ਫੇਰ ਆਓਗੇ ਨਾ, ਉਹ ਤੁਹਾਨੂੰ ਫੇਰ ਮਿਲ ਜਾਣਾ। ਉਹ ਜਿਹੜਾ 500 ਤੁਸੀਂ ਦਿੱਤਾ ਹੈ, ਉਹ FD ਹੋ ਗਈ ਤੁਹਾਡੀ, ਉਹ 10 ਗੁਣਾ ਇੱਥੇ ਤੁਹਾਡੇ ਹੁੰਦਿਆਂ ਸੱਚਖੰਡ ਗਿਆਂ ਚ 100 ਗੁਣਾ ਹੋ ਗਿਆ। ਜਦੋਂ ਦੁਬਾਰਾ ਜਨਮ ਲੈ ਕੇ ਆਏ, ਉਹ 1000 ਗੁਣਾ ਤੁਹਾਨੂੰ ਅੱਗੋਂ ਮਿਲਣਾ। ਹੁਣ ਤੁਸੀਂ ਕਹੋਗੇ ਵੀ ਕਿਵੇਂ? ਹੁਣ ਕਈ ਬੱਚੇ ਨੇ ਜਿਹੜੇ ਝੁੱਗੀਆਂ ਚ ਪੈਦਾ ਹੁੰਦੇ ਨੇ, ਅੱਖਾਂ ਖੁੱਲੀਆਂ ਕੱਖਾਂ ਦੀ ਝੁੱਗੀ ਵਿੱਚ, ਥੱਲੇ ਮੰਜਾ ਵੀ ਨਹੀਂ, ਬਿਸਤਰਾ ਵੀ ਨਹੀਂ। ਤੁਸੀਂ ਦੇਖਿਆ ਹੀ ਆ ਭਈਏ, ਆਪਣੇ ਪੰਜਾਬ ਚ ਆਉਂਦੇ ਆ, ਝੁੱਗੀਆਂ ਚ ਰਹਿੰਦੇ ਨੇ ਨਾ। ਇਹ ਮੈਂ ਕੰਨੀ ਬਚਨ ਸੁਣੇ ਨੇ ਬਾਬਾ ਖੇਮ ਸਿੰਘ ਜੀ ਦੇ, ਜਿਹਨਾਂ ਨਹੀਂ ਦਾਨ ਕੀਤਾ ਉਹਨਾਂ ਨੂੰ ਨਸੀਬ ਹੋਈਆਂ ਝੁੱਗੀਆਂ, ਪਰ ਜਿਹਨਾਂ ਦਾਨ ਦਿੱਤਾ, ਕਈਆਂ ਦੀਆਂ ਅੱਖਾਂ ਖੁੱਲਦੀਆਂ ਨੇ 50-50 ਲੱਖ ਦੀ ਕੋਠੀ ਚ, 50-50 ਕਰੋੜ ਦੀ ਕੋਠੀ ਦੇ ਵਿੱਚ, 50-50 ਕਿੱਲਿਆਂ ਦੇ ਜੰਮਦੇ ਹੀ ਮਾਲਕ। ਉਹ ਕੌਣ ਨੇ?
ਉਹਨਾਂ ਦੇ ਭਾਈ ਪੁੰਨ ਬਣੇ ਹੋਏ ਨੇ ਉਹ ਆਪਣੇ ਹੱਥੋਂ ਦਿੱਤਾ ਸੀ ਅੱਜ ਉਹਨਾਂ ਨੂੰ ਮਿਲਿਆ ਜਿਹਨਾਂ ਦਿੱਤਾ ਕੁਝ ਨਹੀਂ ਭਾਈ ਉਹਨੂੰ ਮਿਲੂਗਾ ਕੀ ਬਾਬਾ ਖੇਮ ਸਿੰਘ ਜੀ ਦੇ ਬਚਨ ਸੀ ਬਾਦਲ ਸਾਹਿਬ ਕੋਲੇ ਬੈਠੇ ਸੀ ਬਾਬਾ ਖੇਮ ਸਿੰਘ ਜੀ ਮਹਾਰਾਜ ਲੱਗੇ ਕਹਿਣ ਬਾਦਲ ਸਾਹਿਬ ਲੋਕਾਂ ਨੂੰ ਲੁੱਟਣ ਵੱਲ ਹੀ ਨਾ ਧਿਆਨ ਰੱਖੋ ਕੁਝ ਦੇਣ ਵੱਲ ਵੀ ਧਿਆਨ ਰੱਖੋ ਨਹੀਂ ਤੇ ਸੜਕਾਂ ਤੇ ਜਾਂਦਿਆਂ ਦੇਖ ਲਿਓ ਜਿਹੜੇ ਭੀਖ ਮੰਗਦੇ ਨੇ ਝੁੱਗੀਆਂ ਚ ਰਹਿੰਦੇ ਨੇ ਉਹ ਉਹੀ ਲੋਕ ਨੇ ਜਿਹਨਾਂ ਨੇ ਦਿੱਤਾ ਕੁਝ ਨਹੀਂ ਤੁਸੀਂ ਪੁੰਨ ਦਾਨ ਕੀਤਾ ਤੇ ਅੱਜ ਦੇਖ ਲਓ ਤੁਹਾਨੂੰ ਕਿਹੜੀ ਕੁਰਸੀ ਮਿਲੀ ਹੈ ਕੰਨੀ ਸੁਣੇ ਨੇ ਬਾਬਾ ਜੀ ਦੇ ਬਚਨ ਗੁਰਮੁਖ ਪਿਆਰਿਓ ਚਿੜੀ ਚੋਂਚ ਭਰ ਲੈ ਗਈ ਨਦੀ ਨਾ ਘਟਿਓ ਨੀਰ ਕਬੀਰ ਜੀ ਕਹਿੰਦੇ ਨੇ ਦਾਨ ਦੀਏ ਧਨ ਨਾ ਘਟੇ ਇਉਂ ਕਹਿ ਰਮੇ ਕਬੀਰ ਇਹ ਕਬੀਰ ਜੀ ਕਹਿੰਦੇ ਸਮੁੰਦਰ ਦੇ ਵਿੱਚੋਂ ਚਿੜੀ ਚੁੰਝ ਭਰ ਕੇ ਲੈ ਗਈ ਸਮੁੰਦਰ ਨੂੰ ਕੋਈ ਘਾਟਾ ਪੈ ਗਿਆ ਨਹੀਂ ਪਿਆ ਉਹਦਾ ਨੀਰ ਨਹੀਂ ਘਟਿਆ ਇਸੇ ਤਰ੍ਹਾਂ ਜੇ ਤੁਸੀਂ ਦਾਨ ਦਿਓਗੇ ਨਾ ਇਹ ਨੀ ਮੈਂ ਕਹਿ ਰਿਹਾ ਤੁਸੀਂ ਕਿਤੇ ਸੋਚਿਓ ਨਾ ਵੀ ਬਾਬੇ ਅਖਰੇ ਆਪਦੇ ਵਾਸਤੇ ਕਹੀ ਜਾਂਦੇ ਨੇ ਨਹੀਂ ਕਿਤੇ ਵੀ ਗੁਰੂ ਘਰ ਦੇ ਵਿੱਚ ਕਿਤੇ ਵੀ ਦੋ ਪਰ ਆਪਣਾ ਹਾਲ ਪਤਾ ਕੀ ਹੋ ਗਿਆ ਆਪਾਂ ਜਦੋਂ ਤੁਰਦੇ ਹਾਂ ਨਾ ਤਿਆਰ ਹੋ ਜਾਂਦੇ ਕੁੜਤਾ ਪਜਾਮਾ ਪਾ ਲਿਆ ਚਿੱਟਾ ਪੱਗ ਵੀ ਚੰਗੀ ਬੰਨ ਲਈ ਹੁਣ ਤੁਸੀਂ ਤੁਰਨਾ ਗੁਰੂ ਘਰ ਮੱਥਾ ਟੇਕਣ ਲਈ ਤੇ ਤੁਸੀਂ ਪਤਾ ਕੀ ਕਹਿੰਦੇ ਹੋ ਘਰ ਵਾਲੀ ਨੂੰ ਆਵਾਜ਼ ਦੇ ਕੇ ਨਹੀਂ ਕੋਈ ਹੈਗਾ ਕੋਈ ਟੁੱਟਾ ਭੱਜਾ ਰੁਪਈਆ ਤੇ ਦਈ ਮੈਂ ਗੁਰਦੁਆਰੇ ਚੱਲਿਆ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਜਾਣਾ ਤੇ ਟੁੱਟਾ ਭੱਜਾ ਰੁਪਈਆ ਉਹ ਕਈ ਵਾਰੀ ਮੈਨੂੰ ਮੌਕਾ ਮਿਲਿਆ ਗ੍ਰੰਥੀ ਸਾਹਿਬ ਸੇਵਾ ਇਕੱਠੀ ਕਰਨਗੇ ਟੇਪਾਂ ਨਾਲ ਜੁੜੇ ਹੋਏ ਨੋਟ ਜਿਹੜੇ ਕਿਤੇ ਨੀ ਨਾ ਚੱਲਦੇ ਉਹ ਕਹਿੰਦੇ ਚਲਾਉਣੇ ਕਿੱਥੇ ਆ ਗੁਰਦੁਆਰੇ ਚੱਲ ਜਾਣਗੇ ਸੌ ਦੇ ਪਾਟੇ ਨੋਟ ਤੇ ਲੱਭਦੇ ਆ ਤੁਸੀਂ ਵੀ ਸਾਨੂੰ ਕੜਾਕੇ ਮਿਲ ਜਾਣ ਦੱਸੋ ਜਿੱਥੇ ਬਾਪੂ ਨੂੰ ਦਿੱਤੇ ਟੁੱਟੇ ਨੇ ਪਾਟੇ ਨੇ ਤੁਹਾਡੀ ਜੇਬ ਚ ਕੜਾਕੇ ਭਾਈ ਕਿੱਥੋਂ ਆ ਜਾਣਗੇ ਇਹ ਜਿਹੋ ਜਿਹਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਜਿਹੜਾ ਹੈ ਨਾ ਇਹ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਚਨ ਨੇ ਬਾਬਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਇੱਕ ਸ਼ੀਸ਼ਾ ਹੁਣ ਸ਼ੀਸ਼ੇ ਦੇ ਵਿੱਚ ਜਿਹੋ ਜਿਹਾ ਮੂੰਹ ਬਣਾ ਕੇ ਤੁਸੀਂ ਦੇਖੋਗੇ ਤੁਹਾਨੂੰ ਉਹ ਜਿਹਾ ਦਿਖੂਗਾ ਤੇ ਗੁਰੂ ਨਾਨਕ ਦਾ ਘਰ ਵੀ ਐਸਾ ਹੀ ਹੈ ਜਿੱਦਾਂ ਦਾ ਮਨ ਚਿੱਤ ਲੈ ਕੇ ਤੁਸੀਂ ਇੱਥੇ ਆਓਗੇ ਉਹੋ ਜਿਹਾ ਤੁਹਾਨੂੰ ਫਲ ਮਿਲਣਾ ਉਹੋ ਜਿਹਾ ਇੱਕ ਦਿਨ ਮੈਂ ਚੋਲਾ ਲੈਣ ਵਾਸਤੇ ਚਲਿਆ ਗਿਆ ਦੁਕਾਨ ਤੇ ਕਿਸੇ ਦੇ ਘਰੇ ਸੀ ਵਿਆਹ ਉਹ ਮੇਰੇ ਤੋਂ ਪਹਿਲਾਂ ਬੀਬੀਆਂ ਉੱਥੇ ਬੈਠੀਆਂ ਪੰਜ ਸੱਤ ਹੋਰ ਵੀ ਬੈਠੇ ਦੋ ਭਾਈ ਉਹਨਾਂ ਦੇ ਨਾਲ ਉਹ ਸਾਰਿਆਂ ਦੇ ਕੱਪੜੇ ਕਢਾਈ ਜਾਣ ਕਿਸੇ ਦਾ 8000 ਦਾ ਕਿਸੇ ਦਾ ਕਿਸੇ ਦਾ 15 ਦਾ ਸਾਰੇ ਕੱਪੜਿਆਂ ਦੀਆਂ ਬੰਨ ਲਈਆਂ ਪੰਡਾਂ ਮੈਂ ਵੀ ਬੈਠਾ ਰਿਹਾ ਮੈਂ ਕਿਹਾ ਹੁਣ ਇਹਨਾਂ ਲੈਣਾ ਰੁਮਾਲਾ ਮੈਂ ਦੇਖਦਾ ਵੀ ਉਹ ਕਿੰਨੇ ਕੁ ਦਾ ਲੈਂਦੇ ਨੇ ਉਹ ਹਜ਼ਾਰਾਂ ਰੁਪਈਆਂ ਵਾਲੇ ਸੂਟ ਲੈ ਲਏ ਆਪਣੇ ਵਾਸਤੇ ਪਰ ਜਦੋਂ ਆਈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਦੀ ਵਾਰੀ ਇੱਕ ਬੁੜੀ ਜੀ ਬੋਲੀ ਕਹਿੰਦੀ ਵੇ ਭਾਈ ਕੋਈ ਟੋਟਾ ਜਿਹਾ ਹੈਗਾ ਤੇ ਦੇ ਦੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਰੁਮਾਲਾ ਬਣਾਉਂ ਦੱਸੋ ਆਪਣੇ ਵਾਸਤੇ 20-20 ਹਜ਼ਾਰ ਦੇ 15-15 ਹਜ਼ਾਰ ਦੇ ਸੂਟ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਕੋਈ ਟੋਟਾ ਜਿਹੜੇ ਭਾਈ ਟੋਟੇ ਮੰਗਦੇ ਨੇ ਉਹਨਾਂ ਦੇ ਘਰਾਂ ਚ ਫਿਰ ਟੋਟਾ ਹੀ ਰਹਿੰਦਾ ਉੱਥੇ ਕੋਈ ਵਾਧਾ ਫੁੱਲਦਾ ਨਹੀਂ ਉੱਥੇ ਰਹਿਣਾ ਵੀ ਟੋਟਾ ਹੀ ਹੈ ਆਹ ਸਥਾਨਾਂ ਦੀ ਚੜ੍ਹਦੀ ਕਲਾ ਕਿਉਂ ਹੈ ਕਿਉਂ ਚੜ੍ਹਦੀ ਕਲਾ ਹੈ ਗੁਰਮੁਖ ਪਿਆਰਿਓ ਜਿਸ ਬਾਪੂ ਦੇ ਉੱਤੇ 2 ਲੱਖ ਰੁਪਈਏ ਦਾ ਰੁਮਾਲਾ ਦੇਖੋ ਸ਼ਰਧਾ ਮੈਨੂੰ ਇੱਕ ਕਹਿੰਦਾ ਹਰਿਮੰਦਰ ਸਾਹਿਬ ਇੰਨੇ ਇੰਨੇ ਲੱਖ ਦੇ ਰੁਮਾਲੇ ਚੜਾਉਂਦੇ ਨੇ ਇੰਨੇ ਇੰਨੇ ਲੱਖ ਦੇ ਚੰਦੋਏ ਬਣਾਉਂਦੇ ਨੇ ਉਹਨਾਂ ਦਾ ਕੀ ਫਾਇਦਾ ਹੈ ਮੈਂ ਕਿਹਾ ਜਿਹੜੇ ਆਪਾਂ 50-50 ਹਜ਼ਾਰ ਦੇ ਲਹਿੰਗੇ ਕੁੜੀਆਂ ਨੂੰ ਵਿਆਹ ਵੇਲੇ ਪਾ ਦਿੰਦੇ ਉਹਨਾਂ ਦਾ ਕੀ ਫਾਇਦਾ ਉਹਨਾਂ ਦਾ ਫਾਇਦਾ ਹੈ ਇੱਕ ਦਿਨ ਮੈਂ ਅਖਬਾਰ ਤੇ ਮੈਨੂੰ ਦੱਸਿਆ ਕਿਸੇ ਨੇ ਕਿਸੇ ਲੜਕੀ ਦਾ ਵਿਆਹ ਸੀ ਉਹਨੇ 1 ਕਰੋੜ ਰੁਪਈਏ ਦਾ ਲਹਿੰਗਾ ਹੀ ਬਣਾਇਆ ਮੈਂ ਕਿਹਾ ਉਹ 5-7 ਹਜ਼ਾਰ ਵਾਲੇ ਨਾਲ ਵੀ ਵਿਆਹ ਹੋ ਸਕਦਾ ਸੀ ਇਹ ਤੇ ਆਪਣੀ ਹੈ ਸ਼ਰਧਾ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ
जिहदे मन दे विच गुरु दी शरद है। भाई गोपाला देख लो, पढ़ के देखो साखी, जिहड़े गुरु ते शरदा रखदे सी। छेवें पातशाह बाजार विचों दी तुरे जा रहे ने। एक दुकान दे उत्ते तोता पिंजरा टंगिया जिहदे विच तोता है। ਉਹ ਗੁਰਮੁਖ ਪਿਆਰਿਓ ਬੜੀ ਪਿਆਰੀ ਬੋਲੀ ਬੋਲਿਆ ਗੁਰੂ ਸਾਹਿਬ ਨੂੰ ਦੇਖ ਕੇ। ਮਹਾਰਾਜ ਦੇਖ ਕੇ ਖੁਸ਼ ਹੋ ਗਏ। ਦੋ ਕੁ ਮਿੰਟ ਖੜੇ ਤੋਤੇ ਵੱਲ ਦੇਖਦੇ ਰਹੇ ਤੇ ਅੱਗੇ ਚਲੇ ਗਏ। ਭਾਈ ਗੋਪਾਲੇ ਦੀ ਜੇਬ ਚ ਪੈਸਾ ਨਹੀਂ। ਕਹਿਣ ਲੱਗਾ ਵੀ ਗੁਰੂ ਹਰਗੋਬਿੰਦ ਮਹਾਰਾਜ ਦੀ ਖੁਸ਼ੀ ਇਸ ਤੋਤੇ ਦੇ ਉੱਤੇ ਹੈ। ਹੋਵੇ ਨਾ ਮੈਂ ਤੋਤਾ ਲਿਜਾ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਚ ਭੇਟਾ ਕਰਾਂ। ਉਹਨੇ ਖਰੀਦਿਆ ਪਤਾ ਕਿਵੇਂ? बोझे च पैसे नहीं सी। अपनी लड़की, अपनी घरवाली, उसे सेठ दे घर नौकरवाणियां रखियां, नौकरी दे उत्ते घर दे कम वास्ते। ते ओ तोता लिया गुरु दी खुशी लैण वास्ते। ओ तोता लैके पहुंच गया गुरु साहब दे चरणा च। ए है शरदा, गुरु दी खुशी लैनी। गुरमुख प्यारे, गुरु दी खुशी ते ओहदे उत्ते है ना, जेड़ा गुरु नू हाजर नाजर करके जानदा। अज दी आ सेवा गुरमुख प्यारे सरदार गुरप्रताप सिंह जी, गल इत्थे पैसे दी नहीं है। बहुत वड्डे वड्डे ने पर ओ अपने हत्थों एक रुपया भी दान नहीं कर सकते। इन्हां ने गुरमुख प्यारे आ कार्ज जेड़ा आपां देख रहे हैं ना, ये कीता है। हर साल ही करदे ने, मैनू पता लग जांदा है। हर साल एडा वड्डा सारा खर्चा करदे ने ते गुरमुख प्यारे फिर घाटा भी किसे गल दा नहीं। गुरु दी किड्डी कृपा हुंदी है, गल दान दी है। गुरु नानक सच्चे पातशाह किसे शहर दे बार बार बैठे ने, दो सेठ रोजाना ही दर्शन करन आउंदे ने। एक दिन दोवें जाने आ रहे ने, एक दे पैर दे विच लग गई सूल, एक नू एक सोने दी मोर मिली ते नाल गागर मिली। बाकी ओ सारी गागर कोलियां दी भरी होई, एक सोने दी मोर। ओ जिहड़ा रोज संगत करन आउंदा सी ना, ओ कहण लगा देख लो, मैं रोज संगत करदा है, इहदा फल की मिलिया? मेरे पैर च सूल वज गई है। ओ दूजा जिहड़ा सी ਉਹ ਗੁਰਮੁਖ ਪਿਆਰੇ ਗਾਉਣ ਵਜਾਉਣ ਵਾਲਿਆਂ ਦੇ ਵੀ ਪਿੱਛੇ ਫਿਰਦਾ ਸੀ। ਉਹ ਕਹਿੰਦਾ ਮੈਂ ਦੇਖ ਲਓ ਦੂਜੇ ਪਾਸੇ ਜਾਣਾ, ਮੈਨੂੰ ਸੋਨੇ ਦੀ ਮੋਹਰ ਮਿਲੀ ਹੈ। ਕਹਿੰਦਾ ਗੁਰੂ ਘਰ ਦੇ ਵਿੱਚ ਸੰਗਤ ਕਰਨ ਦਾ, ਦਾਨ ਕਰਨ ਦਾ ਕੀ ਫਾਇਦਾ? ਇਹਦੇ ਜੇ ਸੂਲਾਂ ਹੀ ਵੱਜਣੀਆਂ ਨੇ ਫਿਰ ਫਾਇਦਾ ਕੀ ਹੈ? ਉਹ ਦੂਜਾ ਲੱਗਾ ਕਹਿਣ, ਇੰਜ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਚੱਲਦੇ ਹਾਂ, ਇਹਦਾ ਨਿਰਣਾ ਉਹੀ ਕਰਨਗੇ। ਹੁਣ ਮਹਾਰਾਜ ਦੇ ਚਰਨਾਂ 'ਚ ਚਲੇ ਗਏ, जा के दोवे जाने बैठ गए। कहन लगे महाराज तुहाडे चरण च बेनती करनी है। गुरु साहब लगे कहन दसो। कहन लगे महाराजा जिहड़ा रोज संगत करन वास्ते आउंदा इहदे सूल वजी है। महाराज मैं घट वध ही आउंदा, मैं माड़े पासे भी जाना, मैनूं एक सोने की मोहर मिली है, एक गागर मिली है विच कोलियां दी भरी होई सी, इहदा की कारण है? सतगुर पातशाह लगे कहन जिहदे वजी सी सूल। ਕਹਿਣ ਲੱਗੇ ਭਾਈ ਤੂੰ ਪਿਛਲੇ ਜਨਮ ਦੇ ਵਿੱਚ ਨਾ ਕਿਸੇ ਮਹਾਂਪੁਰਖ ਨੂੰ ਦੁੱਖ ਦਿੱਤਾ ਸੀ, ਦੁੱਖ ਦਿੱਤਾ ਸੀ, ਉਹਦਾ ਕਰਕੇ ਤੈਨੂੰ ਇਸ ਜਨਮ ਵਿੱਚ ਫਾਂਸੀ ਮਿਲਣੀ ਸੀ, ਸੂਲੀ। ਪਰ ਤੂੰ ਸੰਗਤ ਕਰਨ ਆਉਣਾ ਰੋਜ਼ਾਨਾ, ਉਹ ਜਿਹੜੀ ਸੂਲੀ ਮਿਲਣੀ ਸੀ ਉਹਦਾ ਦੁੱਖ ਤੈਨੂੰ ਮਿਲਿਆ ਸੂਲ ਵੱਜ ਕੇ। ਸੂਲੀ ਕੱਟੀ ਗਈ, ਸੂਲ ਵੱਜ ਗਈ, ਤੇਰਾ ਉਹ ਦੁੱਖ ਕੱਟਿਆ ਗਿਆ। ਕਿਉਂ? ਤੂੰ ਰੋਜ਼ ਸੰਗਤ ਕਰਨ ਆਉਣਾ। ਦੂਜਾ ਲੱਗਾ ਕਹਿਣ ਜੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ। ਮਹਾਰਾਜ ਲੱਗੇ ਕਹਿਣ ਤੂੰ ਪਿਛਲੇ ਜਨਮ ਵਿੱਚ ਇੱਕ ਸੋਨੇ ਦੀ ਮੋਹਰ ਦਾਨ ਕੀਤੀ ਸੀ, ਤੈਨੂੰ ਆ ਮਿਲੀ ਹੈ ਨਾ ਗਾਗਰ, ਇੱਕ ਸੋਨੇ ਦੀ ਮੋਹਰ ਵਿੱਚ ਕੋਲੇ ਮਿਲੇ ਨੇ। ਉਹ ਇੱਕ ਸੋਨੇ ਦੀ ਮੋਹਰ ਜਿਹੜੀ ਸੀ ਨਾ ਤੇਰੇ ਇੰਨੇ ਪੁੰਨ ਬਣ ਗਏ ਸੀ, ਤੈਨੂੰ ਆ ਪੂਰੀ ਭਰੀ ਹੋਈ ਗਾਗਰ ਸੋਨੇ ਦੀਆਂ ਮੋਹਰਾਂ ਦੀ ਮਿਲਣੀ ਸੀ। ਪਰ ਤੂੰ ਮਾੜੇ ਪਾਸੇ ਜਾਂਦਾ ਰਿਹਾ। ਉਹ ਜਿੰਨੀਆਂ ਦੂਜੀਆਂ ਸੋਨੇ ਦੀਆਂ ਮੋਹਰਾਂ ਸੀ ਨਾ ਉਹ ਮਾੜੇ ਪਾਸੇ ਜਾਣ ਨਾਲ ਸਾਰੀਆਂ ਕੋਲੇ ਬਣ ਗਈਆਂ, ਕੋਲੇ ਬਣ ਗਈਆਂ, ਸੜਕੇ ਸਵਾਹ ਹੋ ਗਈਆਂ। ਜਿਹੜੀ ਤੂੰ ਇੱਕ ਦਾਨ ਕੀਤੀ ਸੀ ਉਹ ਤੈਨੂੰ ਮਿਲ ਗਈ ਹੈ।
देखो गुरु साहब ने निर्णय किया इस करके गुरमुख प्यारियो जिहड़ी माया आपां देखो शराबां कुआबां ते माड़े पासे किन्ना पैसा खर्च कर दिंदे आ पर जदों गुरु दा काम आउंदा है उदों आपां हथ कुट लैंदे आ जदों गुरु दा काम आवे ਇਹ ਮਹਾਂਪੁਰਖਾਂ ਦੇ ਬਚਨ ਨੇ ਕਹਿੰਦੇ ਤੂੰ ਸੱਜੇ ਹੱਥ ਨਾ ਦੇਵੇਂ ਤੇਰੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਮੈਂ ਕਿੰਨੇ ਦੇਤੇ ਤੇ ਗੁਰਮੁਖ ਪਿਆਰਿਓ ਅੱਜ ਦਾ ਅੱਜ ਨਾ ਆਪਾਂ ਸਾਰਾ ਹੀ ਦੇਖ ਰਹੇ ਹਾਂ ਨਾ ਇਹ ਸਾਰੇ ਦਾ ਸਾਰਾ ਇਹ ਸਾਰੇ ਦਾ ਸਾਰਾ ਜਿੰਨਾ ਵੀ ਖਰਚ ਗੁਰਪ੍ਰਤਾਪ ਜੀ ਹੁਣੀ ਤੇ ਮੇਰੀ ਇੱਕ ਸਾਰਿਆਂ ਨੂੰ ਸਮੁੱਚੀ ਬੇਨਤੀ ਹੈ ਜਿੰਨੇ ਵੀ ਮੇਰੇ ਵੀਰ ਭਰਾ ਸਾਰੇ ਬੈਠੇ ਜਦੋਂ ਵੀ ਧੰਨ ਬਾਬਾ ਆਨੰਦ ਸਿੰਘ ਜੀ ਵਰਗੇ ਐਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਆਪਾਂ ਹਰੇਕ ਸਾਲ ਇਹ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ ਨਾ ਗੁਰਮੁਖ ਪਿਆਰਿਓ ਇਹਨਾਂ ਦੇ ਨਾਲ ਸਲਾਹ ਜ਼ਰੂਰ ਕਰ ਲਿਆ ਕਰੋ ਗੁਰਪ੍ਰਤਾਪ ਜੀ ਸਰਦਾਰ ਹਰਜੀਤ ਸਿੰਘ ਜੀ ਹੁਣੀ ਇਹਨਾਂ ਨਾਲ ਆਣ ਕੇ ਇਹਨਾਂ ਨੂੰ ਪੁੱਛ ਲਿਆ ਭਾਈ ਤੁਸੀਂ ਵੀ ਕਰਨਾ ਦੱਸੋ ਅਸੀਂ ਵੀ ਕੀ ਪਾਈਏ ਵਿੱਚ ਜਿੰਨਾ ਵੀ ਤਿਲ ਫੁੱਲ ਹੁੰਦਾ ਹੈ ਆਪਾਂ ਸਾਰੇ ਉਹ ਸਹਿਯੋਗ ਕਰਿਆ ਕਰੀਏ ਕਿਉਂ ਗੁਰਮੁਖ ਪਿਆਰਿਓ ਇਹਦੇ ਵਿੱਚ ਜਿਹੜਾ ਤੁਹਾਡਾ ਤਿਲ ਫੁੱਲ ਪੈ ਜਾਣਾ ਹੈ ਨਾ ਬਾਬਾ ਆਨੰਦ ਸਿੰਘ ਜੀ ਦੇ ਨਾਂ ਦਾ ਉਹ ਫਿਰ ਤੁਹਾਨੂੰ ਬਾਬਾ ਆਨੰਦ ਸਿੰਘ ਜੀ ਦਰਗਾਹ ਦੇ ਵਿੱਚ ਜਾ ਕੇ ਦੇਣਗੇ ਉਹਨਾਂ ਦਾ ਕੀਤਾ ਹੀ ਦਰਗਾਹ ਦੇ ਵਿੱਚ ਚੱਲਦਾ ਹੈ ਜਿਸਕਾ ਕੀਆ ਦਰਗੇ ਚੱਲੇ ਉਹਨਾਂ ਦਾ ਕੀਤਾ ਦਰਗਾਹ 'ਚ ਚੱਲਦਾ ਤੇ ਇਹ ਜਿਹੜਾ ਸਮਾਗਮ ਹੈ ਗੁਰਮੁਖ ਪਿਆਰਿਓ ਦੇਖੋ ਕਿੰਨਾ ਸੁਹਾਵਣਾ ਕਿੰਨਾ ਸੋਹਣਾ ਸੰਗਤਾਂ ਕਈ ਕਹਿ ਰਹੀਆਂ ਸੀ ਜੀ ਸਾਨੂੰ ਅੜੀਕ ਹੁੰਦੀ ਹੈ ਵੀ ਬਾਬਾ ਜੀ ਦਾ ਕਦੋਂ ਅਵਤਾਰ ਦਿਹਾੜਾ ਆਉਣਾ ਕਦੋਂ ਆਪਾਂ ਪ੍ਰਕਰਮਾ ਕਰਨੀਆਂ ਸਰੋਵਰ ਦੀਆਂ ਕਿਵੇਂ ਸਮਾਗਮ ਮਨਾ ਹੋਣਾ ਆਪਾਂ ਦਰਸ਼ਨ ਕਰਨੇ ਨੇ ਇਹਦੇ ਵਿੱਚ ਇਹ ਦਾਸ ਵੱਲੋਂ ਬੇਨਤੀ ਹੈ ਮੇਰੇ ਮਨ ਦੇ ਵਿੱਚ ਆਈ ਵੀ ਹਰ ਵਾਰੀ ਪਤਾ ਲੱਗਦਾ ਹੈ ਸਰਦਾਰ ਗੁਰਪ੍ਰਤਾਪ ਸਿੰਘ ਜੀ ਹੁਣੀ ਆਪਾਂ ਇਹਨਾਂ ਦਾ ਸਹਿਯੋਗ ਵੀ ਕਰੀਏ ਤੇ ਗੁਰਮੁਖ ਪਿਆਰਿਓ ਜੇ ਦੇ ਰਹੇ ਨੇ ਨਾ ਤੇ ਫਿਰ ਗੁਰਮੁਖ ਪਿਆਰਿਓ ਇਹਨਾਂ ਨੂੰ ਵੀ ਤੋਟ ਨੀ ਮਹਾਰਾਜ ਆਉਣ ਦਿੰਦੇ ਵਾਧਾ ਹੀ ਜਾ ਰਿਹਾ ਘਟਦਾ ਨਹੀਂ ਹੈ ਜਦੋਂ ਤੁਸੀਂ ਦਾਨ ਕਰਨਾ ਹੈ ਉਦੋਂ ਇੱਕ ਕੰਮ ਜ਼ਰੂਰ ਕਰ ਲਿਆ ਕਰੋ ਵੀ ਮੈਂ ਬਾਬਾ ਜੀ ਦੇ ਬਚਨ ਹੀ ਸੁਣਾ ਰਿਹਾ ਬਾਬਾ ਖੇਮ ਸਿੰਘ ਜੀ ਦੇ ਬਾਬਾ ਜੀ ਕਹਿ ਰਹੇ ਜਿੰਨੇ ਵੀ ਪੁੰਨ ਦਾਨ ਨੇ ਇਹ ਸਿਫਰਾਂ ਨੇ ਇਹਦੇ ਨਾਲ ਇੱਕ ਏਕਾ ਲੱਗਣਾ ਚਾਹੀਦਾ ਉਹ ਹੈ ਨਾਮ ਦਾ ਵਾਹਿਗੁਰੂ ਦਾ ਕਹਿਣ ਲੱਗੇ ਜਦੋਂ ਤੁਸੀਂ ਦਾਨ ਕਰਨਾ ਹੈ ਬਾਬਾ ਖੇਮ ਸਿੰਘ ਜੀ ਕਹਿੰਦੇ 13 ਵਾਰੀ ਵਾਹਿਗੁਰੂ ਕਹਿ ਕੇ ਸੇਵਾ ਦੇ ਦਿਓ ਏਕਾ ਨਾਮ ਦਾ ਲੱਗ ਗਿਆ ਪੁੰਨ ਦੀਆਂ ਸਿਫਰਾਂ ਲੱਗ ਗਈਆਂ ਤੁਹਾਡੀਆਂ ਦਰਗਾਹ ਦੇ ਵਿੱਚ ਉਹ ਹਾਜ਼ਰੀਆਂ ਲੱਗ ਗਈਆਂ ਤੇ ਗੁਰਮੁਖ ਪਿਆਰਿਓ ਇਸ ਤਰੀਕੇ ਦੇ ਨਾਲ ਆਪਾਂ ਹਰੇਕ ਸਾਲ ਵੱਧ ਚੜ੍ਹ ਕੇ ਤੇ ਗੁਰਮੁਖ ਪਿਆਰਿਓ ਸਹਿਯੋਗ ਕਰਕੇ ਇਸ ਤੋਂ ਹੋਰ ਵੀ ਵੱਡਾ ਉਪਰਾਲਾ ਕਰਕੇ ਤੇ ਗੁਰਮੁਖ ਪਿਆਰਿਓ ਆਪਾਂ ਇਹ ਸਮਾਗਮ ਕਰਿਆ ਕਰੀਏ ਤੇ ਨਾਲ ਹੀ ਦਾਸ ਨੂੰ ਪਤਾ ਲੱਗਾ ਕਿ ਸਰਦਾਰ ਗੁਰਪ੍ਰਤਾਪ ਸਿੰਘ ਜੀ ਹੁਣਾਂ ਦੇ ਪੋਤਰਾ ਹੋਇਆ ਹੈ ਉਹਦੀਆਂ ਵੀ ਲੱਖ ਲੱਖ ਵਧਾਈਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਸ ਪਰਿਵਾਰ ਨੂੰ ਜਿੰਨੇ ਵੀ ਇਹਨਾਂ ਦੇ ਨਾਲ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੀ ਸੋ ਇਹ ਸਮਾਗਮ ਜਿਹੜਾ ਹੈ ਇਹ ਵੱਧ ਤੋਂ ਵੱਧ ਚੜ੍ਹਦੀ ਕਲਾ ਦੇ ਵਿੱਚ ਹੋਵੇ ਮਹਾਂਪੁਰਖਾਂ ਦੇ ਨਾਲ ਸਹਿਯੋਗ ਕਰੀਏ ਤੇ ਗੁਰਮੁਖ ਪਿਆਰੇ ਸਲਾਹ ਦੇ ਨਾਲ ਕਰਕੇ ਹੋਰ ਵੀ ਵੱਡਾ ਕਰੀਏ ਇਹੀ ਦਾਸ ਦੀ ਬੇਨਤੀ ਹੈ ਤੋ ਸਾਡੇ ਤੋਂ ਬਾਅਦ ਲਾਲੀ ਜੀ ਹੁਣੀ ਜੋ ਦਿੱਲੀ ਤੋਂ ਆਏ ਨੇ ਬੜਾ ਹੀ ਇਹਨਾਂ ਦਾ ਕੀਰਤਨ ਜਿਹੜਾ ਬੜਾ ਆਨੰਦਮਈ ਹੈ ਸੰਤ ਜੀ ਮਹਾਰਾਜ ਸੰਤ ਬਾਬਾ ਸੁਜਾਨ ਸਿੰਘ ਜੀ ਮੈਂ ਵਾਕਿਆ ਹੀ ਉਹ ਬਚਨ ਬਾਬਾ ਜੀ ਦੇ ਪੜ੍ਹੇ ਤੇ ਅੱਖੀਂ ਦੇਖੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਸੰਤ ਬਾਬਾ ਸੁਜਾਨ ਸਿੰਘ ਜੀ ਨੂੰ ਬਚਨ ਕੀਤੇ ਤੁਸੀਂ ਕਿਤੇ ਕੀਰਤਨ ਕਰਨ ਨਹੀਂ ਜਾਣਾ ਤੁਹਾਡਾ ਸੰਗਤਾਂ ਕੀਰਤਨ ਘਰ ਆ ਕੇ ਸੁਣਿਆ ਕਰਨਗੀਆਂ ਤੇ ਗੁਰਮੁਖ ਪਿਆਰਿਓ ਅੱਜ ਵੀ ਜਦੋਂ ਉਹਨਾਂ ਦੀ ਕੈਸਟ ਲੱਗਦੀ ਹੈ ਨਾ ਹਜ਼ਾਰਾਂ ਹੀ ਸੰਗਤਾਂ ਉਹਨਾਂ ਦੀ ਕੈਸਟ ਦੇ ਉੱਤੇ ਹੀ ਚੌਂਕੜੇ ਮਾਰ ਕੇ ਬੈਠੀਆਂ ਹੁੰਦੀਆਂ ਨੇ ਫਰੀਦਾਬਾਦ ਪ੍ਰੋਗਰਾਮ ਸੀ ਜਦੋਂ ਸਮਾਗਮ ਤੋਂ ਬਾਅਦਾਂ ਕੈਸਟ ਲੱਗੀ ਕਈ ਹਜ਼ਾਰ ਬੰਦਾ ਜਿਹੜਾ ਬਾਬਾ ਸੁਜਾਨ ਸਿੰਘ ਜੀ ਦਾ ਕੀਰਤਨ ਐ ਸੁਣ ਰਹੇ ਸੀ ਜਿਵੇਂ ਉਹ ਹਾਜ਼ਰ ਨਾਜ਼ਰ ਹੀ ਕੀਰਤਨ ਕਰ ਰਹੇ ਸੋ ਉਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਅੱਜ ਪ੍ਰਤੱਖ ਵਰਤ ਰਹੇ ਨੇ
ਤੇ ਗੁਰਮੁਖ ਪਿਆਰਿਓ ਉਹਨਾਂ ਦਾ ਚਲਕਾਰਾ ਕੀਰਤਨ ਇਹਨਾਂ ਦਾ ਬਹੁਤ ਆਨੰਦਮਈ ਹੈ। ਇੱਥੋਂ ਦੇ ਸਥਾਨ ਵੱਲੋਂ ਬਾਬਾ ਜੀ ਵੱਲੋਂ ਲਾਲੀ ਜੀ ਹੁਣਾਂ ਨੂੰ ਦਿੱਲੀ ਤੋਂ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਗੁਰਮੁਖ ਪਿਆਰਿਓ ਹੋਈਆਂ ਭੁੱਲਾਂ ਦੀ ਮਾਫੀ। ਦੂਸਰੀ ਬੇਨਤੀ, ਮਹਾਂਪੁਰਖਾਂ ਵੱਲੋਂ ਆਪਾਂ ਇਸੇ ਤਰ੍ਹਾਂ ਪਿਆਰ ਦੇ ਨਾਲ ਜੁੜ ਬੈਠੇ ਰਹਿਣਾ, ਕਿਉਂ ਦੇਖੋ ਦਿੱਲੀ ਤੋਂ ਚੱਲ ਕੇ ਆਏ ਨੇ। ਆਪਾਂ ਉਹਨਾਂ ਦਾ ਕੀਰਤਨ ਜਿਹੜਾ ਘੰਟਾ ਇੱਕ ਉਹਨਾਂ ਨੇ ਲਾਉਣਾ ਹੈ, ਆਪਾਂ ਬੜੇ ਪਿਆਰ ਦੇ ਨਾਲ ਬੈਠ ਕੇ ਸੁਣਨਾ ਉਹ ਮਹਾਂਪੁਰਖਾਂ ਦੀਆਂ ਸਾਖੀਆਂ ਜਿਹੜੀਆਂ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਨੇ ਅੱਖੀਂ ਵੀ ਦੇਖੀਆਂ। ਸੰਤ ਬਾਬਾ ਸੁਜਾਨ ਸਿੰਘ ਜੀ ਹੁਣਾਂ ਤੋਂ ਕੰਨੀ ਸੁਣੀਆਂ, ਉਹ ਕੀਰਤਨ ਦੇ ਵਿੱਚ ਸਾਰੇ ਆਪ ਜੀ ਨੂੰ ਵੇਰਵਾ ਦੱਸਣਗੇ। ਸੋ ਆਪਾਂ ਬਹੁਤ ਪਿਆਰ ਦੇ ਨਾਲ ਕੀਰਤਨ ਸਰਵਣ ਕਰੀਏ ਉਹਨਾਂ ਦਾ, ਹੁਣ ਉਹਨਾਂ ਦਾ ਸਮਾਂ ਹੈ। ਸੋ ਸਾਡੇ ਵੱਲੋਂ ਬਹੁਤ ਧੰਨਵਾਦ। ਦੂਸਰੀ ਬੇਨਤੀ, ਸੰਗਤ ਦੇ ਚਰਨਾਂ ਦੇ ਵਿੱਚ 18, 19, 20 ਨਵੰਬਰ 350 ਸਾਲਾਂ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, 100 ਸਾਲਾਂ ਜੋ ਆਪਾਂ ਨਾਨਕ ਸਰ ਧੰਨ ਬਾਬਾ ਆਨੰਦ ਸਿੰਘ ਜੀ ਦਾ ਮਨਾਇਆ, ਉਹਦੇ ਸੰਬੰਧ ਵਿੱਚ ਇਹ ਸਮਾਗਮ ਆਪਾਂ ਕਪੂਰਥਲੇ ਦੇ ਵਿੱਚ ਰੱਖੇ ਨੇ, ਜਿਹਨੂੰ ਆਪਾਂ ਨਿਹੰਗਾਂ ਵਾਲਾ ਗੁਰਦੁਆਰਾ ਕਹਿ ਦਿੰਦੇ ਹਾਂ। ਨਾਲ ਹੀ ਕਚਹਿਰੀਆਂ ਦੇ ਪੈ ਜਾਂਦਾ ਹੈ। 18, 19, 20 ਨਵੰਬਰ 18 ਸ਼ਾਮ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 18 ਦੀ ਰਾਤ ਵੀ ਕੀਰਤਨ, 19 ਵੀ 20 ਵੀ, ਤੇ ਇਹ ਸਾਰਾ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਸਾਡੇ ਅਤਿ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਹੁਣੀ, ਇਹਨਾਂ ਦੇ ਸਹਿਯੋਗ ਦੇ ਨਾਲ ਹੀ ਉੱਥੋਂ ਦਾ ਸਮਾਗਮ ਸਾਰਾ ਲੀਕਿਆ ਗਿਆ। ਆਪ ਜੀ ਸੰਗਤਾਂ ਨੂੰ ਵੀ ਬੇਨਤੀ ਹੈ 18, 19, 20 ਨਵੰਬਰ ਸ਼ਾਮ ਦੇ ਪ੍ਰੋਗਰਾਮਾਂ ਵਿੱਚ 11 ਵਜੇ ਸਾਰੀ ਸਮਾਪਤੀ ਹੋ ਜਾਇਆ ਕਰੇਗੀ, ਰਹਿ ਰਾਸ ਤੋਂ ਕੀਰਤਨ ਸ਼ੁਰੂ ਹੋ ਜਾਇਆ ਕਰੇਗਾ। ਬਾਅਦ ਦੇ ਵਿੱਚ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਹਨ। ਸੋ ਬਾਕੀ ਜੋ ਹੁਕਮ ਮਹਾਂਪੁਰਖਾਂ ਦਾ ਉਹ ਵੀ ਆਪ ਜੀ ਨੂੰ ਦੱਸਣਗੇ। ਸੋ ਆਪਾਂ ਹੁਣ ਕੀਰਤਨ ਸਰਵਣ ਕਰੀਏ ਜੀ। ਆਓ ਲਾਲੀ ਜੀ ਹੁਣੀ ਜੋ ਦਿੱਲੀ ਤੋਂ ਆਏ ਨੇ ਉਹਨਾਂ ਦੇ ਪਾਸੋਂ, ਤੇ ਦਾਸਾਂ ਵੱਲੋਂ ਹੋਈਆਂ ਭੁੱਲਾਂ ਦੀ ਮਾਫੀ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਨਾਨਕ।